ਕੁਝ ਦਿਨਾਂ ਤੋਂ ਇਹ ਜਿਹੜੇ ਬੋਤਿਆ ਸ੍ਰੀ ਹਰਿਮੰਦਰ ਸਾਹਿਬ ਦੇ ਰਸਤੇ ਦੇ ਵਿੱਚ ਇਹਨਾਂ ਨੂੰ ਤੋੜਨ ਦਾ ਮੁੱਦਾ ਜਿਹੜਾ ਬੜਾ ਗੰਭੀਰ ਤੌਰ ਦੇ ਉੱਤੇ ਗਰਮਾਇਆ ਹੋਇਆ ਸੀਗਾ। ਔਰ ਮੈਂ ਇਹ ਕਹਿਣਾ ਚਾਹੁੰਦਾ ਕਿ ਇਹ ਬੁੱਤ ਤੋੜਨ ਦੀ ਨੌਬਤ ਕਿਉਂ ਆਈ, ਉਹਨਾਂ ਨੂੰ ਇਹ ਕੋਸ਼ਿਸ਼ ਕਿਉਂ ਕਰਨੀ ਪਈ? ਮੈਂ ਤੋੜਨ ਦੀ ਹਮਾਇਤ ਨਹੀਂ ਕਰਦਾ, ਪਰ ਜੇ ਉਹਨਾਂ ਦੀ ਬਹੁਤ ਦੇਰ ਤੋਂ ਮੰਗ ਸੀਗੀ ਕਿ ਇਹ ਰਸਤੇ ਚੋਂ ਬੁੱਤ ਹਟਾ ਕੇ ਕਿਤੇ ਦੂਰ ਲਾ ਦਿੱਤੇ ਜਾਣ, ਤੇ ਏਡੀ ਕੋਈ ਲੰਮੀ ਚੌੜੀ ਮੰਗ ਨਹੀਂ ਸੀ ਉਹਨਾਂ ਦੀ ਹੈਗੀ, ਇਹਦੇ ਉੱਤੇ ਗੌਰ ਕਰਨਾ ਚਾਹੀਦਾ ਸੀਗਾ। ਪਰ ਬਦਕਿਸਮਤੀ ਆ ਸਾਡੇ ਸੂਬੇ ਦੀ, ਸਾਡੀ ਮੁਲਕ ਦੀ ਤੇ ਸਾਡੀਆਂ ਧਾਰਮਿਕ ਸੰਸਥਾਵਾਂ ਦੀ ਕਿ ਜਦੋਂ ਕੋਈ ਲੋਕ ਡਿਮਾਂਡ ਕਰਦੇ ਆ ਨਾ ਤੇ ਉਹਦੇ ਉੱਤੇ ਸਰਕਾਰਾਂ ਗੌਰ ਕਰਦੀਆਂ ਤੇ ਨਾ ਇਹ ਸੰਸਥਾਵਾਂ ਗੌਰ ਕਰਦੀਆਂ ਤੇ ਲੋਕਾਂ ਨੂੰ ਇਹੋ ਜਿਹੇ ਕਦਮ ਚੁੱਕਣੇ ਪੈਂਦੇ ਆ। ਇਹਦੇ ਨਾਲ ਨਾਲ ਬੁੱਤ ਟੁੱਟੇ ਵੀ ਨਹੀਂ, ਮੈਂ ਅੱਜ ਜਾ ਕੇ ਆਪ ਵੇਖੇ ਇੱਥੇ ਬੁੱਤ ਕਿ ਬੁੱਤ ਟੁੱਟੇ ਵੀ ਨਹੀਂ। ਔਰ ਇਹਨਾਂ ਲੋਕਾਂ ਦੇ ਉੱਤੇ ਜਿਨ੍ਹਾਂ ਨੇ ਕੋਸ਼ਿਸ਼ ਕੀਤੀ, ਸਿਰਫ ਥੜਿਆਂ ਦੇ ਉੱਤੇ ਜਿਹੜੇ ਥੌੜੇ ਮਾਰੇ ਉਹਨਾਂ ਦੇ ਉੱਤੇ 307 ਦਾ ਪਰਚਾ ਦਰਜ ਕਰ ਦਿੱਤਾ ਗਿਆ। 307 ਦਾ ਮਤਲਬ ਹੈ ਕਿਸੇ ਦੇ ਉੱਤੇ ਕਾਤਲਾਨਾ ਹਮਲਾ, ਬਿਨਾਂ ਕਿਸੇ ਨੂੰ ਸੱਟ ਲੱਗੇ, ਬਿਨਾਂ ਬੁੱਤ ਟੁੱਟੇ, ਇੱਥੇ 307 ਦਾ ਪਰਚਾ ਦਰਜ ਕਰ ਦਿੱਤਾ ਗਿਆ। ਹੁਣ ਮੈਂ ਪੁੱਛਣਾ ਚਾਹੁੰਦਾ ਕਿ 3 ਸਾਲਾਂ ਤੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਹੈ, ਬਾਈਬਲ ਕਲਾਂ ਦੇ ਵਿੱਚ ਪਾਠ ਕਰਦੇ ਲੋਕਾਂ ਦੇ ਉੱਤੇ ਗੋਲੀਆਂ ਚਲਾ ਦਿੱਤੀਆਂ ਗਈਆਂ ਸੀ, ਉੱਥੇ ਬੰਦੇ ਮਰੇ, ਔਰ ਅੱਜ ਤੱਕ ਨਾ 307 ਦਾ ਪਰਚਾ ਦਰਜ ਹੋਇਆ, ਨਾ 302 ਦਾ ਪਰਚਾ ਦਰਜ ਹੋਇਆ। ਤੁਸੀਂ ਇਹਨਾਂ ਨੌਜਵਾਨਾਂ ਤੇ ਪਰਚਾ ਦੇਣਾ ਸੀਗਾ ਤੇ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦਾ ਦਿੰਦੇ, ਤੁਸੀਂ ਇਹਨਾਂ ਤੇ ਪਰਚਾ ਦੇਣਾ ਸੀਗਾ ਡਿਊਟੀ 'ਚ ਵਿਘਨ ਪਾਉਣ ਦਾ ਦਿੰਦੇ, 307 ਦਾ ਪਰਚਾ ਕੋ ਦਰਜ ਕੀਤਾ ਗਿਆ। ਆਹ ਮੇਰੇ ਕੋਲ FIR ਦੀ ਕਾਪੀ ਹੈ ਜਿਹੜੀ ਦਰਜ ਕੀਤੀ ਗਈ ਹੈ, ਇਹਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਦੇ ਬਿਆਨ ਨੇ, ਔਰ ਉਹ ਕੀ ਲਿਖਦਾ ਉਹਦੇ ਵਿੱਚ ਕਿ ਅਸੀਂ ਭੰਗੜਾ ਪਾ ਰਹੇ ਬੁੱਤਾਂ ਦੀ ਰਾਖੀ ਕਰ ਰਹੇ ਸੀਗੇ, ਔਰ ਇਹਨਾਂ ਬੁੱਤਾਂ ਦੇ ਉੱਤੇ ਹਮਲਾ ਹੋਇਆ ਤਾਂ ਜੋ ਉਹਦੇ ਅਸੀਂ ਛਡਾਉਣ ਲੱਗੇ ਤੇ ਸਾਡੇ ਉੱਤੇ ਵੀ ਹਮਲਾ ਹੋ ਗਿਆ ਤੇ 307 ਦਾ ਪਰਚਾ ਦਰਜ ਕੀਤਾ ਜਾਵੇ। ਇਹਨਾਂ ਨੂੰ ਮੈਂ ਪੁੱਛਣਾ ਚਾਹੁੰਦਾ, ਬਿਨਾਂ ਕਿਸੇ ਨੂੰ ਸੱਟ ਲੱਗਿਆ ਕਿਸੇ ਦੇ ਉੱਤੇ 307 ਦਾ ਪਰਚਾ ਕਿਤਨਾ ਦਰਜ ਹੋ ਸਕਦਾ? ਗੁਰੂ ਗ੍ਰੰਥ ਇਹਦੇ ਵਿੱਚ ਬੋਲਦੇ ਨੇ, ਲਿਖਦੇ ਨੇ ਕਿ ਬੁੱਤਾਂ ਦੀ ਰਾਖੀ ਕਰ ਰਹੇ ਸੀ ਅਸੀਂ। ਗੁਰੂ ਗ੍ਰੰਥ ਸਾਹਿਬ ਦੀ ਰਾਖੀ ਤੇ ਇਹਨਾਂ ਤੋਂ ਹੁੰਦੀ ਨਹੀਂ, ਸ਼ਹਿਰ 'ਚ ਇੰਨੀਆਂ ਵਾਰਦਾਤਾਂ ਹੁੰਦੀਆਂ ਉਹ ਇਹਨਾਂ ਕੋਲ ਰੁਕਦੀਆਂ ਨਹੀਂ, ਇੰਨੀਆਂ ਲੁੱਟਾਂ ਖੋਹਾਂ ਹੁੰਦੀਆਂ ਉਹ ਇਹਨਾਂ ਕੋਲ ਰੁਕਦੀਆਂ ਨਹੀਂ, ਇੰਨੇ ਕਤਲ ਹੁੰਦੇ ਆ ਉਹ ਇਹਨਾਂ ਕੋਲ ਰੁਕਦੇ ਨਹੀਂ, ਤੇ ਇਹਨਾਂ ਬੁੱਤਾਂ ਦੀ ਰਾਖੀ ਕਰਨੀ ਜ਼ਿਆਦਾ ਜ਼ਰੂਰੀ ਸੀ। ਮੈਂ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਇੱਕ ਸਵਾਲ ਕਰਦਾ ਕਿ 10 ਸਾਲ ਤੁਹਾਡੇ ਕਾਂਗਰਸੀ ਦੁਹਾਈ ਦਿੰਦੇ ਰਹੇ ਕਿ ਸਾਡੇ ਉੱਤੇ 10 ਸਾਲ ਅਕਾਲੀਆਂ ਨੇ ਜਾਲੀ ਪਰਚੇ ਦਰਜ ਕੀਤੇ ਨੇ, ਔਰ ਤੁਸੀਂ ਉਹਨਾਂ ਪਰਚਿਆਂ ਦੇ ਉੱਤੇ ਇੱਕ ਕਮਿਸ਼ਨ ਬਿਠਾਇਆ ਕੈਪਟਨ ਅਮਰਿੰਦਰ ਸਿੰਘ ਜੀ, ਤੁਹਾਡਾ ਇੱਕ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਉਹ ਪਬਲਿਕ ਮੀਟਿੰਗ 'ਚ ਐਡਰੈਸ ਕਰਦਿਆਂ ਕਹਿ ਰਿਹਾ, ਪਬਲਿਕ ਮੀਟਿੰਗ ਦੇ ਵਿੱਚ ਬੋਲਦਿਆਂ ਕਹਿ ਰਿਹਾ ਮਾਈਕ ਦੇ ਉੱਤੇ, ਓਏ ਕਾਕਾ ਤੇਰੀ ਮੈਂ ਜਾਲੀ 26 ਦਰਜ ਕਰਾ ਦਿੱਤੀ ਹੈ। ਜਦੋਂ ਇੱਕ ਮੰਤਰੀ ਦੇ ਮੂੰਹ ਇਹੋ ਜਿਹੀਆਂ ਗੱਲਾਂ ਸੋਭਦੀਆਂ ਨੇ, ਤੁਹਾਨੂੰ ਮੈਂ ਪੁੱਛਣਾ ਚਾਹੁੰਦਾ ਇੱਕ ਮੰਤਰੀ ਕਹੇ ਤੇਰਾ ਮੈਂ ਜਾਲੀ ਪਰਚਾ ਦਰਜ ਕਰਾ ਦਿੱਤਾ, ਹੁਣ ਇਹਨਾਂ ਲੋਕਾਂ ਦੇ ਉੱਤੇ ਕਮਿਸ਼ਨ ਕਦੋਂ ਬਿਠਾਓਗੇ? ਆਮ ਜਨਤਾ ਦੇ ਉੱਤੇ ਪਰਚਾ ਤੇ ਤੁਸੀਂ ਝੱਟ ਹੀ ਦੇ ਦਿੰਦੇ ਹੋ। ਆ ਮੈਂ 2 ਲੈਣਾ ਤੁਹਾਡੇ ਲਈ ਕਹਿਣ ਲੱਗਾ ਕਿ ਇਤਨੀ ਆਸਾਨੀ ਸੇ ਮਿਲਤਾ ਨਹੀਂ ਜ਼ਾਲਿਮ ਕਾ ਖਿਤਾਬ, ਇਤਨੀ ਆਸਾਨੀ ਸੇ ਮਿਲਤਾ ਨਹੀਂ ਜ਼ਾਲਿਮ ਕਾ ਖਿਤਾਬ, ਉਸੇ ਕਹਿ ਦੋ ਅਭੀ ਜ਼ੁਲਮੋ ਸਿਤਮ ਔਰ ਕਰੇ। ਇਸ ਮੁੱਦੇ ਦੇ ਉੱਤੇ ਜੇ ਇਹੋ ਜਿਹੇ ਮੁੱਦੇ ਆਉਂਦੇ ਨੇ, ਲੋਕ ਸ਼ਿਕਾਇਤਾਂ ਕਰਦੇ ਨੇ, ਤੇ ਇਹਨਾਂ ਦਾ ਮੌਕੇ ਦੇ ਉੱਤੇ ਹੱਲ ਹੋਣਾ ਚਾਹੀਦਾ। ਕੋਈ ਲੰਬੇ ਚੌੜੇ ਮੁੱਦੇ ਨਹੀਂ ਸੀ, ਸਿਰਫ ਤੇ ਸਿਰਫ ਇਹ ਮੁੱਦੇ ਨਾਲ ਕਰਕੇ ਜਿਹੜੀਆਂ ਤੁਹਾਡੀਆਂ ਸਰਕਾਰ ਦੀਆਂ ਨਾਕਾਮੀਆਂ, ਚਾਹੇ ਉਹ ਪੰਜਾਬ ਸਰਕਾਰ ਹੈ ਚਾਹੇ ਉਹ ਕੇਂਦਰ ਸਰਕਾਰ ਹੈ, ਇਹੋ ਜਿਹੇ ਮੁੱਦੇ ਭੜਕਾ ਕੇ ਇਹਨਾਂ ਦੇ ਉੱਤੋਂ ਧਿਆਨ ਹਟਾਇਆ ਜਾਂਦਾ। ਇਹਨਾਂ ਚੀਜ਼ਾਂ ਤੇ ਮੈਂ ਲੋਕਾਂ ਨੂੰ ਵੀ ਕਹਿੰਦਾ ਗੌਰ ਕਰੋ, ਔਰ ਕੈਪਟਨ ਸਾਹਿਬ ਲੋਕਾਂ ਦੇ ਸਬਰ ਦਾ ਇਮਤਿਹਾਨ ਨਾ ਲਓ, ਲੋਕਾਂ ਦਾ ਦਿਲ ਨਾ ਦਿਖਾਓ, ਲੋਕਾਂ ਦੇ ਸਬਰ ਦਾ ਬੰਨ ਟੁੱਟ ਚੁੱਕਾ ਜੇ ਤੁਸੀਂ ਜਨਤਾ ਦਾ ਦਿਲ ਦਿਖਾ ਰਹੇ ਹੋ। ਔਰ ਬਾਬਾ ਬੁੱਲੇ ਸ਼ਾਹ ਲਿਖਦੇ ਆ ਕਿ ਮੰਦਰ ਢਾ ਦੇ, ਮਸਜਿਦ ਢਾ ਦੇ, ਢਾ ਦੇ ਜੋ ਕੋਈ ਢਹਿੰਦਾ, ਪਰ ਕਿਸੇ ਦਾ ਦਿਲ ਨਾ ਢਾਵੀ, ਰੱਬ ਦਿਲਾਂ ਦੇ ਵਿੱਚ ਰਹਿੰਦਾ। ਮੇਰੀ ਇਹ ਮੰਗ ਹੈ ਕਿ 307 ਜਿਹੜੀ ਹੈ ਉਹ ਛੇਤੀ ਤੋਂ ਛੇਤੀ ਉਹਨਾਂ ਨੌਜਵਾਨਾਂ ਤੋਂ ਹਟਾਈ ਜਾਵੇ, ਔਰ ਜੇ ਇੱਥੇ ਬੁੱਤ ਲੱਗੇ ਗਲਤ ਆ, ਕੋਈ ਧਾਰਮਿਕ ਲੋਕ ਇਹਦੇ ਉੱਤੇ ਉਹਨਾਂ ਦੀ ਮੀਟਿੰਗ ਬਿਠਾਈ ਜਾਵੇ ਔਰ ਇਹਨਾਂ ਨੂੰ ਕਿਤੇ ਦੂਰ ਜਿਹੜਾ ਲਾ ਦਿੱਤਾ ਜਾਵੇ। ਇਸ ਮੰਗ ਦੇ ਉੱਤੇ ਗੌਰ ਕਰੋ, ਲੋਕ ਬਹੁਤ ਜ਼ਿਆਦਾ ਭੜਕ ਰਹੇ ਆ।